ਹੁਣ ਇਸ ਇਸ ਕੇਸ ਦੇ ਵਿੱਚ ਕੀ ਹੋਇਆ ਕਿ ਜਸਟਿਸ ਐਨ ਐਸ ਸ਼ੇਖਾਵਤ ਜਿਹੜੇ ਨੇ ਉਹ ਦਰਬਾਰ ਸਾਹਿਬ ਮੱਥਾ ਟੇਕਣ ਗਏ ਨੇ, ਜੋ ਅਸੀਂ ਅਖਬਾਰਾਂ 'ਚ ਪੜ੍ਹਿਆ, ਅਤੇ ਉਹਨਾਂ ਨਾਲ ਜਿਹੜਾ ਪੀ ਐੱਸ ਓ ਸੀਗਾ ਉਹਦੀ ਪਿਸਟਲ ਕੱਢ ਕੇ, 9 mm ਦੀ ਓਫਿਸ਼ੀਅਲ ਜਿਹੜੀ ਪਿਸਟਲ ਹੁੰਦੀ ਹੈ ਉਹ ਕੱਢ ਕੇ ਇੱਕ ਬੰਦਾ ਦੌੜਿਆ, ਅਤੇ ਇਹਨਾਂ ਵੱਲ ਦੌੜਿਆ ਜਾਂ ਕਿਸੇ ਵੱਲ ਦੌੜਿਆ, ਅਤੇ ਉਹਨੂੰ ਦੂਸਰੇ ਪੀ ਐੱਸ ਓ ਨੇ ਉਹਨੂੰ ਮਾਰ ਦਿੱਤਾ। ਪਹਿਲੇ ਤਾਂ ਇਹ ਅਖਬਾਰ 'ਚ ਆਇਆ ਸੀਗਾ ਕਿ ਵੀ ਉਸ ਬੰਦੇ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ, ਹਾਂਜੀ, ਹੈ ਨਾ, ਤੋ ਵੀ ਉਹਨੇ ਸੁਸਾਈਡ ਕਰ ਲਿਆ। ਫਿਰ ਹੁਣ ਗੱਲ ਸਾਫ਼ ਹੋਈ ਹੈ ਕਿ ਉਹਨੇ ਬੰਦੇ ਨੇ, ਦੂਸਰੇ ਪੀ ਐੱਸ ਓ ਨੇ ਉਹਨੂੰ ਗੋਲੀ ਮਾਰ ਦਿੱਤੀ। ਅੱਛਾ ਅੱਛਾ, ਹਾਂਜੀ, ਐਂਡ ਉਹ ਬੰਦਾ ਵੀ ਆਈਡੈਂਟੀਫਾਈ ਹੋ ਗਿਆ, ਉਹ ਕੋਈ ਬਾਹਰ ਦੀ ਸਟੇਟ ਦਾ ਬੰਦਾ ਹੈਗਾ। ਇਹ ਕਿਵੇਂ ਹੋਇਆ ਕਿ ਇੱਕ ਜਿਹੜਾ ਪੀ ਐੱਸ ਓ ਹੈ ਉਹਦੀ ਕੋਈ ਪਿਸਤੌਲ ਉਹਦੇ ਹੋਲਸਟਰ 'ਚੋਂ ਕੱਢ ਕੇ ਲੈ ਜਾਵੇ, ਅਤੇ ਉਹ ਪੀ ਐੱਸ ਓ ਕਾਹਦਾ? ਤੁਸੀਂ ਕਿਸੇ ਦੀ ਗਾਰਡ ਡਿਊਟੀ 'ਤੇ ਲੱਗੇ ਹੋਏ ਹੋ, ਐਂਡ ਉਹ ਵੀ ਹਾਈਕੋਰਟ ਜੱਜ ਦੀ, ਅਤੇ ਤੁਹਾਡੇ ਨਾਲ ਬੰਨਿਆ ਹੋਇਆ ਜਿਹੜਾ ਪਿਸਟਲ ਹੈ ਉਹਨੂੰ ਕੋਈ ਲੈ ਕੇ ਭੱਜ ਜਾਵੇ, ਅਤੇ ਤੁਸੀਂ ਕਿਸ ਤਰ੍ਹਾਂ ਦੇ ਪੁਲਿਸ ਅਫਸਰ ਹੈਗੇ ਹੋ? ਇੱਕ ਸਾਡੇ ਜੱਜ ਸਾਹਿਬ ਸੀਗੇ ਜਿਹੜਾ ਕਿ ਪਟਿਆਲਾ ਸਪੈਸ਼ਲ ਕੋਰਟ 'ਚ ਉਹਨਾਂ ਦੀ ਡਿਊਟੀ ਸੀ, ਅਤੇ ਉਹ ਨਾਭੇ ਜੇਲ੍ਹ ਦੇ ਵਿੱਚ ਕੋਰਟ ਹੋਲਡ ਕਰਦੇ ਸੀਗੇ, ਅਤੇ ਪੁਲਿਸ ਨੂੰ ਲੱਗਿਆ ਵੀ ਇਹ ਜਿਹੜੇ ਪਰਟੀਕੁਲਰ ਜੱਜ ਸਾਹਿਬ ਨੇ ਇਹ ਜ਼ਮਾਨਤਾਂ ਦਾ ਦੇ ਰਹੇ ਨੇ। ਮੈਂ ਉਹਨਾਂ ਦਾ ਨਾਮ ਨਹੀਂ ਲਵਾਂਗਾ, ਹਾਲੇ ਉਹ ਜਿਉਂਦੇ ਨੇ, ਰਿਟਾਇਰ ਹੋ ਚੁੱਕੇ ਨੇ, ਅਤੇ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਕਰਾਈ ਪੰਜਾਬ ਪੁਲਿਸ, ਉਹਨਾਂ ਦੀ ਕੋਰਟ ਦੇ ਵਿੱਚ ਇਹਨੇ ਪੂਲੇ ਨਿਹੰਗ ਨੂੰ ਭੇਜਿਆ। ਪੂਲੇ ਨਿਹੰਗ ਨੇ ਜਾ ਕੇ ਜੱਜ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਪੰਜਾਬ ਪੁਲਿਸ ਦੀ ਖਾਕੀ ਵਰਦੀ ਦੇ ਉੱਤੇ ਲੋਕਾਂ ਨੂੰ ਯਕੀਨ ਹੋਣਾ ਚਾਹੀਦਾ ਕਿ ਜੋ ਪੁਲਿਸ ਸੇਵਾ ਦੇ ਲਈ ਹਮੇਸ਼ਾ ਆਪਣਾ ਫਰਜ਼ ਅਦਾ ਕਰਦੀ ਹੈ, ਲੇਕਿਨ ਪੁੱਠਾ ਚੱਲਦਾ ਪਿਆ ਸਭ ਕੁਝ ਪੰਜਾਬ ਦੇ ਵਿੱਚ। ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਪੁਲਿਸ ਅਤੇ ਪੰਜਾਬ ਪੁਲਿਸ ਦੀ ਖਾਕੀ ਵਰਦੀ ਦੇ ਉੱਤੇ ਗਰਦਿਸ਼ਾਂ ਦੇ ਬੱਦਲ ਮੰਡਰਾ ਰਹੇ ਨੇ। ਗੋਲਡਨ ਟੈਂਪਲ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਇੱਕ ਵਾਕਿਆ ਹੁੰਦਾ ਜਿੱਥੇ ਪੰਜਾਬ ਹਰਿਆਣਾ ਹਾਈਕੋਰਟ ਦੇ ਜੱਜ ਸਾਹਿਬ ਨਤਮਸਤਕ ਹੋਣ ਲਈ ਪਹੁੰਚਦੇ ਨੇ। ਉਹਨਾਂ ਦੇ ਨਾਲ ਉੱਥੋਂ ਦੇ ਇੱਕ ਪੀ ਐੱਸ ਓ, ਇੱਕ ਏ ਐੱਸ ਆਈ ਦੀ ਡਿਊਟੀ ਵੀ ਲੱਗਦੀ ਉਹਨਾਂ ਦੇ ਨਾਲ, ਲੇਕਿਨ ਉੱਥੇ ਇੱਕ ਵੱਡਾ ਹਾਦਸਾ ਹੁੰਦਿਆਂ ਟਲ ਜਾਂਦਾ। ਇੱਕ ਕ੍ਰਿਮੀਨਲ ਉਹਨਾਂ ਦੇ ਹੀ ਏ ਐੱਸ ਆਈ ਦੇ ਡੱਬ ਦੇ ਵਿੱਚੋਂ ਰਿਵੋਲਵਰ ਜਾਂ ਪਿਸਟਲ ਜਾਂ ਅਸਲਾ ਕੱਢ ਲੈਂਦਾ ਹੈਗਾ। ਔਰ ਜਦੋਂ ਅਸੀਂ ਖਬਰਾਂ ਪੜ੍ਹਦੇ ਹਾਂ, ਮੀਡੀਆ ਰਿਪੋਰਟਸ ਪੜ੍ਹਦੇ ਹਾਂ, ਤਾਂ ਕਿਹਾ ਇਹ ਜਾਂਦਾ ਹੈਗਾ ਕਿ ਸ਼ਾਇਦ ਉਹਨਾਂ ਜੱਜ ਸਾਹਿਬ ਨੂੰ ਉਸ ਚੀਜ਼ ਤੋਂ ਨੁਕਸਾਨ ਪਹੁੰਚਾਇਆ ਜਾ ਸਕਦਾ ਸੀਗਾ, ਲੇਕਿਨ ਮੌਕੇ ਦੇ ਉੱਤੇ ਉਹ ਜੋ ਕ੍ਰਿਮੀਨਲ ਹੁੰਦਾ ਆਪਣੇ ਆਪ ਨੂੰ ਹੀ ਗੋਲੀ ਮਾਰ ਕੇ ਉੱਥੇ ਮਾਰ ਦਿੰਦਾ। ਲੇਕਿਨ ਪੰਜਾਬ ਹਰਿਆਣਾ ਹਾਈਕੋਰਟ ਜੇ ਨਾ ਹੋਵੇ ਤਾਂ ਕਈ ਵੱਡੇ ਵਕੀਲ ਇਹ ਕਹਿੰਦੇ ਹੈਗੇ ਕਿ ਜੰਗਲ ਦਾ ਰਾਜ ਇੱਥੇ ਸਥਾਪਿਤ ਹੋ ਜਾਵੇ, ਔਰ ਯਕੀਨ ਉੱਠ ਚੁੱਕਿਆ ਹੋਇਆ ਪੰਜਾਬ ਪੁਲਿਸ ਦੇ ਉੱਤੋਂ। ਔਰ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਇਹ ਕਿਹਾ ਗਿਆ ਹੈਗਾ ਕਿ ਉਹਨਾਂ ਜਿਹੜੇ ਜੱਜ ਸਾਹਿਬ ਸੀਗੇ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਹੁਣ ਜਾਂ ਤਾਂ ਚੰਡੀਗੜ੍ਹ ਦੇ ਪੁਲਿਸ ਦੇ ਮੁਲਾਜ਼ਮ ਦੀ ਕਿਸੇ ਦੀ ਡਿਊਟੀ ਲਾਓ, ਨਹੀਂ ਤਾਂ ਫਿਰ ਹਰਿਆਣੇ ਦੇ ਪੁਲਿਸ ਦੇ ਮੁਲਾਜ਼ਮ ਦੀ ਡਿਊਟੀ ਲਾਓ। ਪੰਜਾਬ ਪੁਲਿਸ ਦੇ ਕਈ ਅਫਸਰ ਇਹ ਕਹਿੰਦੇ ਹੈਗੇ ਆ ਇਹੋ ਜਿਹੀਆਂ ਗੱਲਾਂ ਦੇ ਨਾਲ ਪੰਜਾਬ ਪੁਲਿਸ ਡੀਮੋਰਲਾਈਜ਼ ਹੁੰਦੀ ਹੈ, ਲੇਕਿਨ ਇਹ ਵੱਡਾ ਸਵਾਲ ਇਸ ਕਰਕੇ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਨਾਲ, ਭਾਵੇਂ ਸੈਲੈਬ੍ਰਿਟੀਜ਼ ਨੇ ਜਾਂ ਹੋਰ ਤਮਾਮ ਜੋ ਲੋਕ ਸਮਾਜ ਦੇ ਵਿੱਚ ਵਿਚਰਦੇ ਜਿਨ੍ਹਾਂ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਮਿਲੀ ਹੋਈ ਹੈ, ਕਿ ਵਾਕਈ ਉਹ ਪੰਜਾਬ ਪੁਲਿਸ ਦੀ ਸੁਰੱਖਿਆ ਲੈ ਕੇ ਸੁਰੱਖਿਅਤ ਹੈ ਜਾਂ ਨਹੀਂ। ਮੇਰੇ ਨਾਲ ਪੰਜਾਬ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਨਵਕਿਰਨ ਜੀ ਨੇ ਹਮੇਸ਼ਾ ਦੀ ਤਰ੍ਹਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਔਰ ਇਸ ਆਰਡਰ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਰ, ਇਹ ਯਕੀਨ ਉੱਠ ਜਾਣਾ ਔਰ ਅਦਾਲਤ ਵੱਲੋਂ, ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਇਹ ਕਹਿ ਦੇਣਾ
ਕਿ ਪੰਜਾਬ ਪੁਲਿਸ ਦਾ ਮੁਲਾਜ਼ਮ ਨਾ ਲਗਾਓ ਇਹਨਾਂ ਦੇ ਨਾਲ, ਹੁਣ ਤੁਸੀਂ ਹਰਿਆਣਾ ਦਾ ਜਾਂ ਚੰਡੀਗੜ੍ਹ ਯੂਟੀ ਦਾ ਤੁਸੀਂ ਮੁਲਾਜ਼ਮ ਲਗਾਓ ਜੱਜ ਸਾਹਿਬ ਦੇ ਨਾਲ। ਇਹ ਪੂਰਾ ਡਿਟੇਲ ਦੇ ਨਾਲ ਸਰ ਪਹਿਲੇ ਮੈਂ ਚਾਹੁੰਦਾ ਕਿ ਜਿਹੜੇ ਦਰਸ਼ਕ ਤੁਹਾਨੂੰ ਪਸੰਦ ਕਰਦੇ ਸਾਡੇ ਚੈਨਲ 'ਤੇ, ਉਹਨਾਂ ਨੂੰ ਸਮਝਾ ਦਿਓ ਕਿ ਇਹ ਕੀ ਵਾਕਿਆ ਸੀਗਾ। ਦੇਖੋ ਇਸ ਤਰ੍ਹਾਂ ਹੈ ਕਿ ਹਰ ਜਿਹੜੇ ਹਾਈਕੋਰਟ ਦੇ ਜੱਜ ਨੇ ਉਹਨਾਂ ਨੂੰ PSO ਦਿੱਤੇ ਹੋਏ ਨੇ। ਸੋ ਇੱਕ PSO ਰਾਊਂਡ ਦਾ ਕਲੋਕ ਡਿਊਟੀ 'ਤੇ ਰਹਿੰਦਾ, ਮਤਲਬ ਕਿ ਇੱਕ PSO ਚੱਲ ਜਾਂਦਾ, ਦੂਸਰਾ ਆ ਜਾਂਦਾ, ਹੋ ਸਕਦਾ ਤਿੰਨ ਵੀ ਹੋਣ। ਤੋ ਘਰ ਦੀ ਜਿਹੜੀ ਸਿਕਿਉਰਿਟੀ ਹੈ ਉਹਨਾਂ ਦੀ, ਉਹ ਹੈਗੀ ਹੈ ਸੈਂਟਰਲ ਏਜੰਸੀ ਕੋਲ, ਮੇਰੇ ਖਿਆਲ ਇੰਡੋ ਤਿਬਤਨ ਬਾਰਡਰ ਪੁਲਿਸ ਹੈ ਜਾਂ ਕੋਈ ਹੋਰ ਹੈ, ਮਤਲਬ ਕਿ ਸੈਂਟਰਲ ਏਜੰਸੀ ਹੈ ਜਿਹੜੀ ਘਰ ਦੀ ਸਿਕਿਉਰਿਟੀ ਹੈ। ਲੇਕਿਨ ਜਿਹੜੇ ਜੱਜਾਂ ਦੇ ਨਾਲ PSOs ਚੱਲਦੇ ਨੇ, ਉਹ ਕਈਆਂ ਨਾਲ ਪੰਜਾਬ ਪੁਲਿਸ ਦੇ ਨੇ, ਕਈਆਂ ਦੇ ਨਾਲ UT ਪੁਲਿਸ ਦੇ ਨੇ, ਕਈਆਂ ਦੇ ਨਾਲ ਹਰਿਆਣਾ ਪੁਲਿਸ ਦੇ ਨੇ। ਵੈਸੇ ਇਹ ਵੀ ਹੁੰਦਾ ਹੈ ਕਿ ਜਿਹੜੇ ਜਿੱਥੋਂ ਦਾ ਜੱਜ ਹੋਵੇ ਉਸ ਤਰ੍ਹਾਂ ਦੀ ਉਹਨੂੰ ਪੁਲਿਸ ਦੇ ਦਿੱਤੀ ਜਾਂਦੀ ਹੈ। ਸੋ ਜਿਹੜੇ ਇਹ ਪਰਟੀਕੁਲਰ ਜੱਜ ਸਾਹਿਬ ਹੈਗੇ ਨੇ ਜਸਟਿਸ NS ਸ਼ੇਖਾਵਤ, ਇਹਨਾਂ ਕੋਲ ਪੰਜਾਬ ਪੁਲਿਸ ਦਾ PSO ਸੀਗਾ, ਹਾਲੇ ਕਿ ਬਿਲੋਂਗ ਹਰਿਆਣਾ ਨੂੰ ਕਰਦੇ, ਬਟ ਉਹਨਾਂ ਨੇ ਜਦੋਂ ਭੇਜੇ ਹੋਣੇ ਨੇ ਪੰਜਾਬ ਦਾ ਭੇਜਤੇ, ਕਿਉਂਕਿ ਜੱਜਾਂ ਦੀ ਸਿਕਿਉਰਿਟੀ ਲਈ ਇੱਕ ਪੂਲ ਬਣਾਇਆ ਹੋਇਆ ਉਹਨਾਂ ਨੇ, ਜਿਹਦੇ ਵਿੱਚ ਪੰਜਾਬ, ਹਰਿਆਣਾ ਅਤੇ UT ਸਾਰੇ ਆਪਣੇ ਬੰਦੇ ਭੇਜਦੇ ਨੇ, ਅਤੇ ਉਹਨਾਂ ਤੋਂ ਅੱਗੇ ਡਿਪਿਊਟ ਕਰਤਾ ਜਾਂਦਾ। ਕੋਈ ਅਗਰ ਜੱਜ ਸਾਹਿਬ ਕਹਿਣ ਕਿ ਮੈਨੂੰ ਸਪੈਸ਼ਲੀ ਪੰਜਾਬ ਦਾ ਦਿਓ, ਹਰਿਆਣੇ ਦਿਓ, ਤਾਂ ਲੈ ਸਕਦੇ ਨੇ, ਪਰ ਇੱਕ ਪੂਲ ਜਿਹਾ ਬਣਾਇਆ ਹੋਇਆ, ਕਿਉਂਕਿ ਇਹ ਜਿਹੜੀ ਹਾਈਕੋਰਟ ਹੈ ਪੰਜਾਬ ਅਤੇ ਹਰਿਆਣਾ ਹਾਈਕੋਰਟ ਹੈ, ਪੰਜਾਬ ਦੀ ਹੈ, ਹਰਿਆਣਾ ਦੀ ਹੈ ਅਤੇ UT ਦੀ ਹੈ। ਸੋ ਜਿਹੜਾ 60% ਪੰਜਾਬ ਹਿੱਸਾ ਪਾਉਂਦਾ ਇਹਦੇ ਵਿੱਚ, ਭਾਵੇਂ ਖਰਚੇ 'ਚ ਹੋਵੇ ਅਤੇ ਭਾਵੇਂ ਕਿਸੇ ਹੋਰ ਚੀਜ਼ ਵਿੱਚ, 40% ਹਰਿਆਣਾ ਪਾਉਂਦਾ ਅਤੇ ਨਾਲ UT ਵੀ ਪਾਉਂਦਾ। ਅੱਛਾ। ਸੋ ਇਸ ਕਰਕੇ ਪੁਲਿਸ ਜਿਹੜੀ ਹੈ ਕੋਈ ਵੀ ਹੋ ਸਕਦੀ ਹੈ। ਹੁਣ ਇਸ ਕੇਸ ਦੇ ਵਿੱਚ ਕੀ ਹੋਇਆ ਕਿ ਜਸਟਿਸ NS ਸ਼ੇਖਾਵਤ ਜਿਹੜੇ ਨੇ ਉਹ ਦਰਬਾਰ ਸਾਹਿਬ ਮੱਥਾ ਟੇਕਣ ਗਏ ਨੇ, ਜੋ ਅਸੀਂ ਅਖਬਾਰਾਂ 'ਚ ਪੜ੍ਹਿਆ, ਅਤੇ ਉਹਨਾਂ ਨਾਲ ਜਿਹੜਾ PSO ਸੀਗਾ ਉਹਦੀ ਪਿਸਟਲ ਕੱਢ ਕੇ, 9mm ਦੀ ਓਫਿਸ਼ੀਅਲ ਜਿਹੜੀ ਪਿਸਟਲ ਹੁੰਦੀ ਹੈ ਉਹ ਕੱਢ ਕੇ ਇੱਕ ਬੰਦਾ ਦੌੜਿਆ, ਅਤੇ ਇਹਨਾਂ ਵੱਲ ਦੌੜਿਆ ਜਾਂ ਕਿਸੇ ਵੱਲ ਦੌੜਿਆ, ਅਤੇ ਉਹਨੂੰ ਦੂਸਰੇ PSO ਨੇ ਉਹਨੂੰ ਮਾਰ ਦਿੱਤਾ। ਪਹਿਲੇ ਤਾਂ ਇਹ ਅਖਬਾਰ 'ਚ ਆਇਆ ਸੀਗਾ ਕਿ ਵੀ ਉਸ ਬੰਦੇ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਹਾਂਜੀ, ਹੈ ਨਾ, ਤੋ ਵੀ ਉਹਨੇ ਸੁਸਾਈਡ ਕਰ ਲਿਆ। ਹਾਂਜੀ, ਫਿਰ ਹੁਣ ਗੱਲ ਸਾਫ਼ ਹੋਈ ਹੈ ਕਿ ਉਹਨੇ ਬੰਦੇ ਨੇ, ਦੂਸਰੇ PSO ਨੇ ਉਹਨੂੰ ਗੋਲੀ ਮਾਰ ਦਿੱਤੀ। ਅੱਛਾ ਅੱਛਾ ਅੱਛਾ। ਹਾਂਜੀ, ਐਂਡ ਉਹ ਬੰਦਾ ਵੀ ਆਈਡੈਂਟੀਫਾਈ ਹੋ ਗਿਆ, ਉਹ ਕੋਈ ਬਾਹਰ ਦੀ ਸਟੇਟ ਦਾ ਬੰਦਾ ਹੈਗਾ, ਉਹਦੇ 'ਚ ਜਿਹੜਾ ਜੁਡੀਸ਼ੀਅਲ ਆਰਡਰ ਅਸੀਂ ਅੱਜ ਪੜ੍ਹਿਆ, ਪਾਸ ਕੀਤਾ ਹੋਇਆ ਸਾਡੇ ਚੀਫ ਜਸਟਿਸ ਅਤੇ ਇੱਕ ਹੋਰ ਜੱਜ ਸਾਹਿਬ ਨੇ, ਉਹ 'ਚ ਉਹਦਾ ਨਾਮ ਵੀ ਲਿਖਿਆ ਹੋਇਆ ਅਤੇ ਆਈਡੈਂਟੀਫਾਈ ਵੀ ਕੀਤਾ ਗਿਆ। ਹੁਣ ਪ੍ਰੋਬਲਮ ਇੱਥੋਂ ਸ਼ੁਰੂ ਹੁੰਦੀ ਹੈ ਕਿ ਜਸਟਿਸ NS ਸ਼ੇਖਾਵਤ ਜਿਹੜੇ ਹੈਗੇ ਨੇ ਉਹ ਇਹ ਫੀਲ ਕਰਦੇ ਨੇ ਕਿ ਮੈਂ ਪੰਜਾਬ ਪੁਲਿਸ ਦੇ ਖਿਲਾਫ ਆਰਡਰ ਪਾਸ ਕਰ ਰਿਹਾ ਬਹੁਤ ਸਾਰੇ, ਅਤੇ ਸ਼ਾਇਦ ਇਹ ਜਿਹੜਾ ਹੈਗਾ ਵੀ ਮੇਰੇ 'ਤੇ ਜਿਹੜਾ ਹਮਲਾ ਕਰਾਇਆ ਗਿਆ, ਜਾਂ ਬਾਕੀ ਜੱਜਾਂ ਨੇ ਵੀ ਇਹ ਸਮਝਿਆ ਵੀ ਹੋ ਸਕਦਾ ਉਸ ਕਾਰਨ ਨਾ ਹੋਵੇ, ਤਾਂ ਉਹਨਾਂ ਨੇ ਪੰਜਾਬ ਪੁਲਿਸ ਦੀ ਸਿਕਿਉਰਿਟੀ ਉਹਨਾਂ ਤੋਂ ਹਟਾ ਕੇ ਹਰਿਆਣੇ ਜਾਂ UT ਪੁਲਿਸ ਦੀ ਦੇਣ ਲਈ ਕਿਹਾ। ਇਹ ਉਸ ਆਰਡਰ ਦਾ ਹਿੱਸਾ, ਸਾਨੂੰ ਵੀ ਉੱਥੋਂ ਪਤਾ ਚੱਲਿਆ, ਸਾਨੂੰ ਕਿੱਥੋਂ ਪਤਾ ਚੱਲਣਾ ਸੀਗਾ। ਹੁਣ ਇਹ ਜਿਹੜੀ ਗੱਲ ਹੈਗੀ ਹੈ ਕਿ ਇੱਕ ਹਾਈਕੋਰਟ ਦੇ ਜੱਜ ਦਾ ਦੇ ਮਨ ਵਿੱਚ ਇਹ ਆਉਣਾ, ਜਾਂ ਹਾਲਾਤਾਂ ਕਰਕੇ ਜਿਹੜੇ ਜੱਜਸ ਉਹ ਕੇਸ ਨੂੰ ਸੁਣ ਰਹੇ ਆ ਉਹਨਾਂ ਦਾ ਇਸ ਨਤੀਜੇ 'ਤੇ ਪਹੁੰਚਣਾ ਵੀ ਸਾਡੇ ਪਰਟੀਕੁਲਰ ਜੱਜ ਸਾਹਿਬ ਜਿਹੜੇ ਹੈਗੇ ਨੇ ਇਹ ਪੰਜਾਬ ਪੁਲਿਸ ਦੇ ਹੱਥੀਂ ਸਿਕਿਓਰ ਨਹੀਂ ਹੈਗੇ, ਇਹ ਬੜੀ ਵੱਡੀ ਇੱਕ ਜਿਹੜੀ ਹੈਗੀ ਹੈ ਇੱਕ ਐਸੀ ਪੋਜੀਸ਼ਨ ਬਣ ਗਈ ਹੈ ਕਿ ਪਹਿਲੇ ਉਹਨਾਂ ਨੇ DGP ਨੂੰ ਬੁਲਾਇਆ ਸੀਗਾ ਨਾ, ਪਰਸਨਲੀ ਪ੍ਰੈਜੈਂਟ ਹੋਵੋ, ਸੋ ਔਨਲਾਈਨ ਉਹ ਪੇਸ਼ ਹੋਏ ਅਤੇ ਫਿਰ ਇਹ ਆਰਡਰ ਪਾਸ ਕੀਤਾ ਗਿਆ।
ਸੋ ਕਹਿਣ ਦਾ ਮਤਲਬ ਹੈ ਇੱਕ ਤਰ੍ਹਾਂ ਦਾ ਬੇਭਰੋਸਗੀ ਜ਼ਾਹਿਰ ਕੀਤੀ ਗਈ ਹੈ ਵੀ ਪੰਜਾਬ ਪੁਲਿਸ ਜਿਹੜੀ ਹੈਗੀ ਹੈ ਉਹ 'ਤੇ ਇਤਬਾਰ ਨਹੀਂ ਕੀਤਾ ਜਾ ਸਕਦਾ ਵੀ ਸਾਡੇ ਹਾਈਕੋਰਟ ਦੇ ਜੱਜ ਨੂੰ ਸਿਕਿਓਰ ਕਰਨਗੇ। ਅੱਛਾ ਦੇਖੋ ਹੁਣ ਆਪਾਂ ਜਿਹੜਾ ਸਾਡਾ ਜਿਸ ਤਰ੍ਹਾਂ ਦਾ ਢਾਂਚਾ ਬਣਿਆ ਹੋਇਆ ਹੈ ਇਸ ਮੁਲਕ ਦੇ ਵਿੱਚ, ਜਿਸ ਤਰ੍ਹਾਂ ਦੀ ਪੋਲੀਟਿਕਸ ਚੱਲ ਰਹੀ ਹੈ, ਜਿਸ ਤਰ੍ਹਾਂ ਦਾ ਲੈਜਿਸਲੇਚਰ ਦਾ ਬਿਹੇਵੀਅਰ ਹੈ, ਜਿਸ ਤਰ੍ਹਾਂ ਦਾ ਐਗਜ਼ੈਕਟਿਵ ਦਾ ਬਿਹੇਵੀਅਰ ਹੈ, ਇੱਕ ਜੁਡੀਸ਼ਰੀ ਹੈ ਜਿੱਥੇ ਇਤਬਾਰ ਕੀਤਾ ਜਾ ਸਕਦਾ ਵੀ ਉਹ ਲੋਕਾਂ ਨੂੰ ਇਨਸਾਫ ਦੇਵੇਗੀ ਐਂਡ ਡਰ ਦੇ ਬਿਨਾਂ ਇਨਸਾਫ ਦੇਵੇਗੀ। ਅਤੇ ਜੇ ਇਸ ਤਰ੍ਹਾਂ ਦੀ ਸਥਿਤੀ ਆ ਜਾਵੇ ਕਿ ਪੰਜਾਬ ਪੁਲਿਸ 'ਤੇ ਜੁਡੀਸ਼ਰੀ ਵੀ ਇਤਬਾਰ ਨਾ ਕਰੇ ਵੀ ਸਾਨੂੰ ਵੀ ਸਿਕਿਓਰ ਕਰ ਰੱਖ ਸਕਦੀ ਕਿ ਨਹੀਂ ਰੱਖ ਸਕਦੀ, ਇੱਕ ਬੜਾ ਵੱਡਾ ਸਵਾਲ ਚਿੰਨ੍ਹ ਹੈ। ਹੁਣ ਇਹ ਕੀ ਇੰਸੀਡੈਂਟ ਹੋਇਆ ਐਗਜੈਕਟਲੀ, ਉਹ ਬੰਦੇ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾਂ ਉਹਨੂੰ ਮਾਰਿਆ ਗਿਆ, ਇਹ ਕਿਵੇਂ ਹੋਇਆ ਕਿ ਇੱਕ ਜਿਹੜਾ PSO ਹੈ ਉਹਦੀ ਕੋਈ ਪਿਸਤੌਲ ਉਹਦੇ ਹੋਲਸਟਰ 'ਚੋਂ ਕੱਢ ਕੇ ਲੈ ਜਾਵੇ ਅਤੇ ਉਹ PSO ਕਾਹਦਾ ਦੇਖਿਆ ਜਾਏ ਤਾਂ। ਸੋ ਤੁਸੀਂ ਕਿਸੇ ਦੀ ਗਾਰਡ ਡਿਊਟੀ 'ਤੇ ਲੱਗੇ ਹੋਏ ਹੋ ਐਂਡ ਉਹ ਵੀ ਹਾਈਕੋਰਟ ਜੱਜ ਦੀ, ਅਤੇ ਤੁਹਾਡੇ ਨਾਲ ਬੰਨਿਆ ਹੋਇਆ ਜਿਹੜਾ ਪਿਸਟਲ ਹੈ ਉਹਨੂੰ ਕੋਈ ਲੈ ਕੇ ਭੱਜ ਜਾਵੇ ਅਤੇ ਤੁਸੀਂ ਕਿਸ ਤਰ੍ਹਾਂ ਦੇ ਪੁਲਿਸ ਅਫਸਰ ਹੈਗੇ ਹੋ? ਤਾਂ ਹੈ ਤਾਂ ਬੜਾ ਵੱਡਾ ਸਿਕਿਉਰਿਟੀ ਲੈਪਸ। ਸੋ ਕਿਤੇ ਨਾ ਕਿਤੇ ਜੁਡੀਸ਼ਰੀ ਨੂੰ ਇਹ ਲੱਗਿਆ ਕਿ ਸ਼ਾਇਦ ਇਹ ਸਟੇਜ ਮੈਨੇਜਡ ਹੈ, ਤਾਂ ਹੀ ਉਹਨਾਂ ਨੇ ਕਿਹਾ ਵੀ ਅਸੀਂ ਪੰਜਾਬ ਪੁਲਿਸ ਦਾ ਗਾਰਡ ਨਹੀਂ ਚਾਹੁੰਦੇ ਅਤੇ ਤੁਸੀਂ ਜਿਹੜੀ ਹੈਗੀ ਹੈ PSO ਜਿਹੜਾ ਹਰਿਆਣਾ ਦਾ ਪੁਲਿਸ ਦਾ ਦਿਉ ਜਾਂ UT ਦਾ ਦਿਉ। ਇਹ ਉਸ ਆਰਡਰ ਦੇ ਵਿੱਚ ਲਿਖਿਆ ਹੋਇਆ ਜਿਹੜੇ ਪਹਿਲੇ ਦੋ ਜੱਜ ਸਾਹਿਬ ਨੇ ਸਾਡੇ ਹੈਗੇ ਚੀਫ ਜਸਟਿਸ ਸਾਹਿਬ ਅਤੇ ਇੱਕ ਹੋਰ ਨਾਲ, ਉਹਨਾਂ ਨੇ ਹੁਕਮ ਪਾਸ ਕੀਤਾ। ਸੋ ਹੁਣ ਇਨਕੁਆਇਰੀ ਚੱਲ ਰਹੀ ਹੈ, ਉਹਨਾਂ ਨੇ ਇਨਕੁਆਇਰੀ ਵਾਸਤੇ SIT ਫਾਰਮ ਕੀਤੀ ਹੈ। ਸੋ ਸਾਹਮਣੇ ਆਉਣਗੀਆਂ ਗੱਲਾਂ ਅਤੇ ਕੀ ਇਹਦੇ ਵਿੱਚ ਹੈ ਅਤੇ ਕੀ ਨਹੀਂ ਹੈ, ਪਰ ਇਹ ਡੈਫੀਨੇਟਲੀ ਇੱਕ ਵੱਡੀ ਸਵਾਲ ਚਿੰਨ੍ਹ ਲੱਗ ਗਿਆ ਪੰਜਾਬ ਪੁਲਿਸ ਦੇ ਉੱਤੇ ਕਿ ਜੱਜ ਵੀ ਇਹ ਮਹਿਸੂਸ ਕਰਨ ਵੀ ਇਹ ਸਾਨੂੰ ਸਿਕਿਓਰ ਕਰਨ ਦੀ ਹਾਲਤ 'ਚ ਨਹੀਂ ਹੈਗੇ। ਔਰ ਸਰ ਇੱਕ ਰਿਲੀਜੀਅਸ ਜਗ੍ਹਾ 'ਤੇ ਜਦੋਂ ਉਹ ਜਾ ਰਹੇ ਆ ਮੱਥਾ ਟੇਕਣ ਦੇ ਲਈ, ਔਰ ਸੈਕਿੰਡਲੀ ਸਰ ਜਿਹੜੇ ਲੋਕਾਂ ਨੂੰ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੀ ਗਾਰਡ ਮਿਲੀ ਹੋਈ ਹੈ ਜਾਂ ਸਿਕਿਉਰਟੀਆਂ ਮਿਲੀਆਂ ਹੋਈਆਂ ਹੈਗੀਆਂ ਨੇ, ਇਸ ਚੀਜ਼ ਤੋਂ ਬਾਅਦ ਜਦੋਂ ਚੀਫ ਜਸਟਿਸ ਸਾਹਿਬ ਪੰਜਾਬ ਹਰਿਆਣਾ ਹਾਈਕੋਰਟ ਦੇ ਇਹ ਪਾਸ ਕਰਦੇ ਨੇ ਆਰਡਰ, ਤਾਂ ਉਹ ਜਿਹੜੇ ਸੈਲੈਬ੍ਰਿਟੀਜ਼ ਨੇ ਜਾਂ ਹੋਰ ਜੋ ਵੱਡੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨਾਲ ਪੰਜਾਬ ਪੁਲਿਸ ਦੀ ਸਿਕਿਉਰਿਟੀ ਤੁਰਦੀ ਹੈ, ਉਹ ਵੀ ਸਹਿਮਦੇ ਹੋਣਗੇ? ਦੇਖੋ ਜਿਹਨੂੰ ਸਿਕਿਉਰਿਟੀ ਮਿਲੀ ਹੋਈ ਹੈ, ਹੁਣ ਇਹ ਆਪਾਂ ਨੂੰ ਇਹ ਨੋਰਮਲ ਪਤਾ ਹੈ ਕਿ ਜਿਹਨਾਂ ਕੋਲ ਸਿਕਿਉਰਿਟੀ ਹੁੰਦੀ ਹੈ ਉਹ ਕਿਸ ਤਰੀਕੇ ਨਾਲ ਬਿਹੇਵ ਕਰਦੇ ਨੇ, ਹੈ ਨਾ। ਸਿਕਿਉਰਿਟੀ ਕਦੀ ਵੀ ਫੂਲ ਪਰੂਫ ਨਹੀਂ ਹੁੰਦੀ। ਹੁਣ ਆਪਾਂ ਮੂਸੇਵਾਲੇ ਦੇ ਕੇਸ ਵੀ ਦੇਖਿਆ, ਉਹ ਸਿਕਿਉਰਿਟੀ ਵਾਲਾ ਨਾਲ ਹੀ ਨਹੀਂ ਸੀ ਲੈ ਕੇ ਗਿਆ, ਇੰਨੀ ਹਾਈ ਲੈਵਲ ਦੀ ਉਹਨੂੰ ਸਿਕਿਉਰਿਟੀ ਮਿਲੀ ਹੋਈ ਸੀਗੀ ਲੇਕਿਨ ਉਹ ਨਾਲ ਨਹੀਂ ਸੀ ਲੈ ਕੇ ਗਿਆ। ਅਤੇ ਜਿੱਥੇ ਕੋਈ ਇੰਸੀਡੈਂਟ ਹੁੰਦੇ ਨੇ, ਹੁਣ ਬੇਅੰਤ ਸਿੰਘ ਹੋਰਾਂ ਦੀ ਜਦੋਂ ਕਤਲ ਹੁੰਦਾ ਉਹਨਾਂ ਨਾਲ ਸਿਕਿਉਰਿਟੀ ਵੀ ਸੀਗੀ, ਕੋਈ ਨਹੀਂ ਬਚਾ ਸਕੇ, ਰਾਜੀਵ ਗਾਂਧੀ ਨੂੰ ਨਹੀਂ ਬਚਾ ਸਕੇ। ਸੋ ਇਹ ਹੈਗਾ ਇੰਡੀਵਿਜੁਅਲੀ ਜਿਹੜਾ PSO ਹੈਗਾ ਉਹਦੀ ਕਿੰਨੀ ਡੈਡੀਕੇਸ਼ਨ ਹੈ ਡਿਊਟੀ ਟੂਵਰਡਸ ਦ ਪਰਸਨ ਕਿ ਉਹਨੂੰ ਸਿਕਿਓਰ ਕਰੇ, ਲੇਕਿਨ ਇਹ ਜ਼ਰੂਰ ਹੈ ਕਿ ਜੇ ਇਹ ਉਹਨੂੰ ਮਾਰਨ ਆਵੇ ਅਤੇ ਉਸ VIP ਤੋਂ ਜਿਹੜਾ ਸਿਕਿਉਰਡ ਬੰਦਾ ਹੈਗਾ ਉਸ ਤੋਂ ਡਰ ਕੇ ਉਹਦੇ ਅੱਗੇ ਆਏਗਾ ਵੀ ਇਹਦੇ ਕੋਲ ਗਨਮੈਨ ਹੈਗਾ। ਲੇਕਿਨ ਇਹ ਜਿਹੜਾ ਸਿਕਿਉਰਿਟੀ ਲੈਪਸ ਹੈਗਾ ਇਹ ਕੀ ਜਾਣ ਬੁੱਝ ਕੇ ਉਹ ਕੀਤਾ ਗਿਆ, ਜਿਵੇਂ ਕਿ ਜੁਡੀਸ਼ਰੀ ਦੇ ਆਰਡਰ ਤੋਂ ਲੱਗ ਰਿਹਾ ਵੀ ਉਹਨਾਂ ਦਾ ਪਿਸਟਲ ਕੱਢ ਕੇ ਅਤੇ ਉੱਧਰ ਭੱਜਿਆ ਜਿਸ ਪਾਸੇ ਜੱਜ ਸਾਹਿਬ ਜਾ ਰਹੇ ਸੀਗੇ, ਅਤੇ ਫਿਰ ਦੂਸਰੇ ਗਨਮੈਨ ਨੇ ਉਹਨੂੰ ਗੋਲੀ ਮਾਰੀ, ਹੈ ਨਾ। ਪਹਿਲੇ ਆਉਣਾ ਵੀ ਉਹਨੇ ਸੁਸਾਈਡ ਕਰ ਲਿਆ, ਹੁਣ ਇਹ ਅਖਬਾਰੀ ਖਬਰ ਸੀ ਜਾਂ ਪੁਲਿਸ ਦੀ ਪਹਿਲੀ ਵਰਜ਼ਨ ਇਹ ਸੀ ਆਪਣੇ ਆਪ ਨੂੰ ਬਚਾਉਣ ਕਰਕੇ ਵੀ ਉਹਨੇ ਜੀ ਮੁੜ ਕੇ ਸਾਡਾ ਪਿਸਟਲ ਲੈ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ, ਇਹ ਵੀ ਦੇਖਣਾ ਪਵੇਗਾ ਵੀ ਉਹ ਵਰਜ਼ਨ ਉਸ ਪੁਲਿਸ ਅਫਸਰ ਦੀ ਸੀਗੀ ਕਿ ਅਖਬਾਰੀ ਖਬਰ ਸੀਗੀ। ਸੋ
ਇਹ ਕਹਾਣੀ ਕਿਉਂ ਬਣੀ, ਜੋ ਵੀ ਹੋਇਆ, ਮਤਲਬ ਕਿ ਆਲ ਸੈਡ ਐਂਡ ਡਨ, ਕਿ ਉਸ ਆਰਡਰ ਦੇ ਵਿੱਚੋਂ ਜਿਹੜਾ ਹੈਗਾ ਅੱਜ ਪੰਜਾਬ ਪੁਲਿਸ ਕਟਘਰੇ 'ਚ ਹੈ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹਾਂਗਾ ਜੀ। ਅਸੀਂ ਮੈਂ 1986 'ਚ ਵਕਾਲਤ ਸ਼ੁਰੂ ਕੀਤੀ ਅਤੇ ਇੱਥੇ ਬੜਾ ਪੰਜਾਬ ਦੇ ਵਿੱਚ ਇੱਕ ਮਾਹੌਲ ਸੀਗਾ, ਜਿਹੜੀ ਮਿਲੀਟੈਂਸੀ ਬੜੀ ਪੀਕ 'ਤੇ ਸੀਗੀ। ਇੱਕ ਸਾਡੇ ਜੱਜ ਸਾਹਿਬ ਸੀਗੇ ਜਿਹੜਾ ਕਿ ਪਟਿਆਲਾ ਸਪੈਸ਼ਲ ਕੋਰਟ 'ਚ ਉਹਨਾਂ ਦੀ ਡਿਊਟੀ ਸੀ ਅਤੇ ਉਹ ਨਾਭੇ ਜੇਲ੍ਹ ਦੇ ਵਿੱਚ ਕੋਰਟ ਹੋਲਡ ਕਰਦੇ ਸੀਗੇ ਅਤੇ ਪੁਲਿਸ ਨੂੰ ਲੱਗਿਆ ਵੀ ਇਹ ਜਿਹੜੇ ਪਰਟੀਕੁਲਰ ਜੱਜ ਸਾਹਿਬ ਨੇ ਇਹ ਜ਼ਮਾਨਤਾਂ ਜ਼ਿਆਦਾ ਦੇ ਰਹੇ ਨੇ। ਅੱਛਾ। ਮੈਂ ਉਹਨਾਂ ਦਾ ਨਾਮ ਨਹੀਂ ਲਵਾਂਗਾ, ਹਾਲੇ ਉਹ ਜਿਉਂਦੇ ਨੇ, ਰਿਟਾਇਰ ਹੋ ਚੁੱਕੇ ਨੇ। ਅਤੇ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਕਰਾਈ ਪੰਜਾਬ ਪੁਲਿਸ ਨੇ। ਸੋ ਇਹ ਕਹਿਣ ਲਈ, ਉਹਨੂੰ ਡਰਾਉਣ ਲਈ ਜੱਜ ਸਾਹਿਬ ਨੂੰ ਵੀ ਤੁਹਾਡੇ 'ਤੇ ਮਿਲੀਟੈਂਟਸ ਨੇ ਫਾਇਰਿੰਗ ਕੀਤੀ। ਉਦੋਂ ਪਤਾ ਹੀ ਨਹੀਂ ਚੱਲਦਾ ਕੌਣ ਮਿਲੀਟੈਂਟ ਹੈ ਕੌਣ ਕੀ ਹੈ, ਕਿਉਂਕਿ ਪੁਲਿਸ ਵਾਲੇ ਆਪ ਵੀ ਮਿਲੀਟੈਂਟਸ ਦੀ ਵਰਦੀਆਂ ਪਾ ਕੇ ਪੀਲੇ ਪਟਕੇ ਬਣ ਕੇ ਰਾਤੀ ਇੰਸੀਡੈਂਟ ਕਰ ਜਾਂਦੇ ਸੀਗੇ ਅਤੇ ਜਿਹੜੇ ਹੈਗਾ ਤੁਹਾਨੂੰ ਪਤਾ ਨਹੀਂ ਚੱਲਦਾ ਸੀ ਵੀ ਕਿੰਨੀ ਇਨਫਿਲਟ੍ਰੇਸ਼ਨ ਹੈ, ਕਿ ਵਾਕਈ ਮਿਲੀਟੈਂਟ ਹੈ ਕਿ ਮਿਲੀਟੈਂਟ ਦੇ ਰੂਪ ਵਿੱਚ ਕੋਈ ਕੈਟ ਹੈ ਜਾਂ ਪੁਲਿਸ ਦਾ ਭੇਜਿਆ ਬੰਦਾ ਹੈ, ਤੁਹਾਨੂੰ ਕੁਛ ਨਹੀਂ ਸੀ ਪਤਾ, ਇੰਨੀ ਬਚੀ ਹੋਈ ਸੀਗੀ। ਉਹਨਾਂ ਨੂੰ ਡਰਾਉਣ ਲਈ ਇਹ ਇੰਸੀਡੈਂਟ ਕੀਤਾ ਗਿਆ। ਸੋ ਪੁਰਾਣੀਆਂ ਜੇ ਅਖਬਾਰਾਂ ਕੱਢੋਗੇ, ਸ਼ਾਇਦ 88 ਤੋਂ ਲੈ ਕੇ 90 ਤੱਕ ਜੇ ਕੱਢੋਗੇ ਤਾਂ ਉਹ 'ਚੋਂ ਇਹ ਇੰਸੀਡੈਂਟ ਤੁਹਾਨੂੰ ਮਿਲ ਜਾਏਗਾ। ਸੋ ਪੁਲਿਸ 'ਤੇ ਜਿਹੜਾ ਹੈਗਾ ਇਤਬਾਰ ਪੂਰਾ ਨਹੀਂ ਕੀਤਾ ਜਾ ਸਕਦਾ। ਇਹ ਜਿਹੜਾ ਹੈਗਾ ਜੁਡੀਸ਼ਰੀ ਦਾ ਅਨਸੇਫ ਹੋਣਾ ਅਤੇ ਜੱਜ ਸਾਹਿਬ ਦਾ ਇਹ ਜੱਜਮੈਂਟ 'ਚ ਕਹਿਣਾ, ਜਿਹੜੀ ਟੋਪ ਕੋਰਟ ਹੈ ਸਾਡੀ ਚੀਫ ਜਸਟਿਸ ਅਤੇ ਹੋਰ ਜੱਜ ਸਾਹਿਬ ਦੀ, ਵੀ ਸਾਡੇ ਜੱਜ ਸਾਹਿਬਾਨ ਨੂੰ, ਇਸ ਪਰਟੀਕੁਲਰ ਜੱਜ ਸਾਹਿਬਾਨ ਨੂੰ ਪੰਜਾਬ ਪੁਲਿਸ ਨਹੀਂ ਹਰਿਆਣਾ ਜਾਂ UT ਪੁਲਿਸ ਦਿਓ, ਇਹ ਇੱਕ ਬੜਾ ਵੱਡਾ ਦਾਗ ਹੈ ਪੰਜਾਬ ਪੁਲਿਸ 'ਤੇ। ਐਂਡ ਜਿਹੜੀ ਜੁਡੀਸ਼ਰੀ ਹੈ ਸਿਕਿਓਰ ਹੋਣੀ ਚਾਹੀਦੀ ਹੈ ਤਾਂ ਕਿ ਜੱਜਸ ਜਿਹੜੇ ਹੈਗੇ ਨੇ ਉਹ ਨਿਡਰ ਹੋ ਕੇ ਫੈਸਲੇ ਕਰ ਸਕਣ ਫੈਕਟਸ ਦੇ ਬੇਸ 'ਤੇ, ਕਿਸੇ ਦੀ ਤਰਫਧਾਰੀ ਕੀਤੇ ਬਿਨਾਂ ਜਾਂ ਕਿਸੇ ਦੇ ਡਰ ਤੋਂ ਬਿਨਾਂ। ਅਤੇ ਇਸ ਕੇਸ ਨੇ ਜਿਹੜਾ ਹੈਗਾ ਐਟਲੀਸਟ ਇਹ ਗੱਲ ਸਾਹਮਣੇ ਲੈ ਕੇ ਆਈ ਹੈ ਬਈ ਉਹਨਾਂ ਦੇ ਜੱਜ ਸਾਹਿਬ ਦੇ ਮਨ 'ਚ ਆਇਆ ਜਾਂ ਬਾਕੀ ਜੁਡੀਸ਼ਰੀ ਨੂੰ ਆਇਆ ਵੀ ਹੋ ਸਕਦਾ ਵੀ ਉਹ ਜੱਜ ਸਾਹਿਬ ਜਿਹੜੇ ਨੇ ਉਹ ਪੰਜਾਬ ਪੁਲਿਸ ਦੇ ਖਿਲਾਫ਼ ਇਹਨੇ ਔਰਡਰ ਪਾਸ ਕਰ ਰਹੇ ਨੇ ਅਤੇ ਉਹਨਾਂ ਦੇ ਕਰਕੇ ਇਹ ਇੰਸੀਡੈਂਟ ਹੋਇਆ ਹੋਵੇ। ਸੋ ਬੜੀ ਸੀਰੀਅਸ ਗੱਲ ਹੈ। ਬਿਲਕੁਲ ਸਰ। ਇਹਨੂੰ ਸਰ ਅਸੀਂ ਲਾਰੈਂਸ ਬਿਸ਼ਨੋਈ ਦਾ ਜਦੋਂ ਕੇਸ ਦੇਖਦੇ ਪਏ ਹਾਂ, ਹਾਂਜੀ, ਜਿੰਨੀ ਦੇਰ ਤੱਕ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਇਸ ਦੇ ਵਿੱਚ ਦਖਲ ਨਾ ਦਿੰਦਾ, ਉਨੀ ਦੇਰ ਤੱਕ ਉਹ ਚੀਜ਼ਾਂ ਜਿਹੜੀਆਂ ਸੀਗੀਆਂ ਟਰੈਕ 'ਤੇ ਨਾ ਆਉਂਦੀਆਂ, ਪਤਾ ਹੀ ਨਹੀਂ ਸੀ ਚੱਲਣਾ ਉਹਦੀ ਕਿੱਥੇ ਇੰਟਰਵਿਊ ਹੋਈ ਹੈ ਕਿੱਥੇ ਨਹੀਂ ਹੋਈ ਹੈ। ਐਡੇ ਲੈਜੈਂਡਰੀ ਜਿਹੜੀਆਂ ਪਿੱਛੇ ਜੇ ਹੁਣ ਆਰਡਰਸ ਪਾਸ ਹੋਇਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ, ਸਰ ਕਿਤੇ ਨਾ ਕਿਤੇ ਸਰ ਇਹੀ ਮੈਸੇਜ ਜਾਂਦਾ ਪਿਆ ਹੈ ਕਿ ਵੀ ਜੁਡੀਸ਼ਰੀ ਜਿਹੜੀ ਹੈਗੀ ਆ ਉਹਨੂੰ ਕਿਸੇ ਤਰੀਕੇ ਹੁਣ ਕਾਬੂ 'ਚ ਲਓ, ਨਹੀਂ ਤਾਂ ਫਿਰ ਜਿਹੜਾ ਇਹ ਇੱਕ ਨੈਕਸਸ ਚੱਲਦਾ ਹੋਇਆ ਪੰਜਾਬ ਦੇ ਵਿੱਚ ਉਹਦੇ 'ਤੇ ਮਤਲਬ ਉਹ ਅੱਗੇ ਵੱਧ ਨਹੀਂ ਸਕਦਾ। ਮੈਂ ਇਹ ਤੁਹਾਡੀ ਗੱਲ ਦਾ ਜਵਾਬ ਦੇਵਾਂਗਾ। ਮੈਨੂੰ ਇੱਕ ਹੋਰ ਇੰਸੀਡੈਂਟ ਯਾਦ ਆਇਆ ਜੀ, ਕਿ ਸੁਮੇਧ ਸਿੰਘ ਸੈਣੀ SSP ਚੰਡੀਗੜ੍ਹ ਸੀਗਾ ਜੀ, ਇਹਨੇ ਆਪਣੇ ਰਿਸ਼ਤੇਦਾਰ ਚੁੱਕ ਕੇ ਸੈਣੀ ਮੋਟਰਸ ਵਾਲੇ ਮਾਰ ਦਿੱਤੇ, ਐਲੀਗੇਸ਼ਨ ਸੀਗਾ ਇੱਥੇ, ਅਤੇ ਕੰਟੈਂਪਟ ਆਫ ਕੋਰਟ ਚੱਲ ਰਹੀ ਸੀ ਸੁਮੇਧ ਸਿੰਘ ਸੈਣੀ ਦੀ। ਐਂਡ ਉਹ ਬੰਦੇ ਜਿਹੜੇ ਨੇ ਹਾਈ ਕੋਰਟ ਦੇ ਵਿੱਚ ਉਹ ਪੇਸ਼ ਹੋਣ ਆ ਰਹੇ ਸੀ ਅਤੇ ਉਹਨਾਂ ਨੂੰ ਰਸਤੇ 'ਚੋਂ ਚੁੱਕ ਲਿਆ ਗਿਆ ਅਤੇ ਹੁਣ ਤੱਕ ਉਹ ਗੁੰਮ ਨੇ। ਹੁਣ ਉਸ ਕੇਸ ਵਿੱਚ ਜਿਹੜੇ ਸਾਡੇ ਪਰਟੀਕੁਲਰ ਹਾਈ ਕੋਰਟ ਦੇ ਜੱਜ ਨੇ, ਉਹ ਹਾਲੇ ਜਿਉਂਦੇ ਨੇ, ਰਿਟਾਇਰਮੈਂਟ ਤੋਂ ਬਾਅਦ ਵਕਾਲਤ ਕਰਦੇ ਨੇ, ਉਹਨਾਂ ਦੀ ਕੋਰਟ ਦੇ ਵਿੱਚ ਇਹਨੇ ਪੂਲੇ ਨਿਹੰਗ ਨੂੰ ਭੇਜਿਆ। ਪੂਲੇ ਨਿਹੰਗ ਨੇ ਜਾ ਕੇ ਜੱਜ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਜੱਜ ਸਾਹਿਬ ਨੇ ਉਸ ਮੈਟਰ ਨੂੰ ਚੀਫ ਜਸਟਿਸ ਦੇ ਅੱਗੇ ਰਿਪੋਰਟ ਕੀਤਾ
ਵੀ ਇਹਨੇ ਸੁਮੇਧ ਸਿੰਘ ਸੈਣੀ ਨੇ ਪੂਲਾ ਨਿਹੰਗ ਭੇਜਿਆ ਆਪਣਾ ਕੈਟ ਅਤੇ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਹ ਸਾਰਾ ਹੋਇਆ। ਸੋ ਇਹ ਇਹ ਗੱਲਾਂ ਕਰਦੇ ਰਹੇ ਨੇ। ਇਹ ਸ਼ੱਕ ਜਿਹੜਾ ਹੈਗਾ ਇਹ ਬੇਬੁਨਿਆਦ ਨਹੀਂ ਹੈ, ਉਹ ਜੱਜਮੈਂਟ ਹੈਗੀ ਹੈ, ਕੰਟੈਂਪਟ ਕੋਰਟ ਦੇ ਵਿੱਚ ਜੱਜਮੈਂਟ ਹੈਗੀ। ਉਹ ਕੇਸ ਹਾਲੇ ਸੈਣੀ ਮੋਟਰਸ ਵਾਲਾ ਚੱਲ ਰਿਹਾ, ਦਿੱਲੀ ਟ੍ਰਾਂਸਫਰ ਹੋਇਆ, ਹਾਲ ਤੱਕ ਫੈਸਲਾ ਨਹੀਂ ਹੋਇਆ। ਸੋ ਇਹਦੀ ਹਿਸਟਰੀ ਹੈ। ਸੋ ਮੈਂ ਸਮਝਦਾ ਕਿ ਚੀਫ ਜਸਟਿਸ ਸਾਹਿਬ ਦਾ ਇਹਨਾਂ ਇਸ ਨਤੀਜਿਆਂ 'ਤੇ ਪਹੁੰਚਣਾ ਜਿਹੜਾ ਹੈਗਾ ਉਸ ਜੱਜਮੈਂਟ ਦੇ ਵਿੱਚ ਉਹ ਬੇਬੁਨਿਆਦ ਨਹੀਂ ਹੈ, ਅਤੇ ਇਸ ਤਰ੍ਹਾਂ ਦੇ ਅੱਗੇ ਹੁੰਦੇ ਰਹੇ ਨੇ ਇੰਸੀਡੈਂਟ। ਸੋ ਬੜਾ ਸੀਰੀਅਸ ਗੱਲ ਹੈ। ਹੁਣ ਤੁਸੀਂ ਜਿਹੜੀ ਗੱਲ ਕਰ ਰਹੇ ਸੀਗੇ ਜਿਹੜੀ ਹੁਣ ਜੱਜਮੈਂਟ ਜਿਹੜਾ ਅਲਟੀਮੇਟਲੀ ਜੱਜ ਸਾਹਿਬ ਨੇ ਅਨੂਪਿੰਦਰ ਗਰੇਵਾਲ ਹੋਰਾਂ ਨੇ ਜਿਹੜਾ ਸਾਰਾ ਇਸ ਇੰਸੀਡੈਂਟ ਨੂੰ ਬਿਸ਼ਨੋਈ ਦੇ ਨੂੰ ਇਨਵੈਸਟੀਗੇਟ ਕਰਾਇਆ ਹੈ ਅਤੇ ਉਸ ਰਿਪੋਰਟ ਦੇ ਬੇਸ 'ਤੇ ਐਕਸ਼ਨ ਆਇਆ, ਦੇਖੋ ਨਾ ਕਿੰਨੇ ਬਲੈਟੈਂਟਲੀ ਪੰਜਾਬ ਪੁਲਿਸ ਨੇ ਉਹਦੀ ਅਰੇਂਜ ਕੀਤੀ ਇੰਟਰਵਿਊ, ਉਸ ਇੰਟਰਵਿਊ ਨੂੰ ਅਰੇਂਜ ਕੀਤਾ, ਫਿਰ ਉਹ ਟੈਲੀਕਾਸਟ ਹੋਇਆ ਇੱਕ ਪਰਟੀਕੁਲਰ ਚੈਨਲ ਦੇ ਵਿੱਚ ਟੈਲੀਕਾਸਟ ਹੋਇਆ, ਐਂਡ ਉਸ ਇੰਟਰਵਿਊ ਦੇ ਬੇਸ 'ਤੇ ਫਿਰ ਪਤਾ ਇਹ ਚੱਲਿਆ ਕਿ ਉਹਨੂੰ ਈਵਨ ਇਲਾਂਤੇ ਮੌਲ ਜਾ ਕੇ ਸ਼ੋਪਿੰਗ ਕਰਾਉਣ ਗਏ ਨੇ। ਐਂਡ ਹੁਣ ਇਹ ਵੀ ਸਾਹਮਣੇ ਆ ਰਿਹਾ ਕਿ ਇੱਕ ਪੁਲਿਸ ਵਾਲਾ ਜਿਹੜਾ ਕਿ ਆਲਰੇਡੀ ਰਿਟਾਇਰ ਹੋ ਚੁੱਕਾ ਸੀ ਉਹਨੂੰ ਸ਼ਿਵ ਕੁਮਾਰ ਨੂੰ ਉੱਥੇ ਡਿਊਟੀ 'ਤੇ ਲਾਇਆ ਹੋਇਆ ਸੀਗਾ। ਸੋ ਪੰਜਾਬ ਪੁਲਿਸ ਹੋਇਆ ਕੀ ਕਿ CIA ਖਰੜ ਦੇ ਵਿੱਚ CIA ਖਰੜ ਲਾਇਆ ਸੀ, ਹੋਇਆ ਕੀ ਕਿ ਜਦੋਂ ਪ੍ਰੈਜ਼ੀਡੈਂਟ ਰੂਲ ਰਿਹਾ ਇੱਥੇ ਉਸ ਪ੍ਰੈਜ਼ੀਡੈਂਟ ਰੂਲ ਦੇ ਵਿੱਚ ਜਿਹੜਾ ਹੈਗਾ ਪੰਜਾਬ ਪੁਲਿਸ ਨੂੰ ਐਕਸਟਰਾਆਰਡਨਰੀ ਪਾਵਰਸ ਦਿੱਤੀ ਗਈਆਂ ਕਿਉਂਕਿ ਮਿਲੀਟੈਂਸੀ ਸੀਗੀ। ਇਹ ਕਹਿੰਦੇ ਵੀ ਦੇਸ਼ ਨੂੰ ਬਚਾਉਣਾ ਹੈ ਅਤੇ ਮਿਲੀਟੈਂਟਸ ਨੂੰ ਮਾਰਨਾ ਪੈਣਾ, ਜਿਹੜੇ ਲੋਕ ਜਿਹੜੇ ਨੇ ਆਪਣਾ ਸੈਲਫ ਰੂਲ ਮੰਗਦੇ ਸੀਗੇ ਜਾਂ ਖਾਲਿਸਤਾਨ ਮੰਗਦੇ ਸੀ ਉਹਨਾਂ ਦੀ ਮਾਸ ਕਿਲਿੰਗ ਕੀਤੀ ਗਈ। ਉਹ ਮਾਸ ਕਿਲਿੰਗ ਕਰਨ ਨੂੰ ਇਹਨਾਂ ਨੇ ਜਿਹੜੇ ਬੰਦੇ ਚਾਹੀਦੇ ਸੀ ਪੁਲਿਸ ਵਾਲੇ ਉਹਨਾਂ ਨੂੰ ਇਹਨਾਂ ਨੇ ਖੁੱਲ੍ਹੀ ਬਾਗਡੋਰ ਦਿੱਤੀ ਵੀ ਸੀ, ਜਿੰਨੀ ਮਰਜ਼ੀ ਲੁੱਟ ਮਚਾਓ, ਜੋ ਮਰਜ਼ੀ ਕਰੋ, ਜਿਹਨੂੰ ਮਰਜ਼ੀ ਬੰਦਿਆਂ ਨੂੰ ਮਾਰੋ, ਜੋ ਮਰਜ਼ੀ ਐਕਸਟ੍ਰੈਕਸ਼ਨ ਕਰੋ, ਪਰ ਇਹ ਬੰਦੇ ਮਰਨੇ ਚਾਹੀਦੇ ਨੇ। ਸੋ ਐਕਸਟ੍ਰਾਆਰਡਨਰੀ ਅਨਕੋਨਸਟੀਟਿਊਸ਼ਨਲ ਤਰੀਕਿਆਂ ਨਾਲ ਮਿਲੀਟੈਂਸੀ ਨੂੰ ਖਤਮ ਕੀਤਾ ਗਿਆ, ਉਹਦੇ ਵਿੱਚ ਇਹਨਾਂ ਨੂੰ ਇੰਨੀਆਂ ਪਾਵਰਸ ਮਿਲ ਗਈਆਂ ਕਿ ਆਪਣੇ ਉਹਨੂੰ ਰੱਬ ਮੰਨਣਾ ਸ਼ੁਰੂ ਕਰਤਾ। ਉਸ ਤੋਂ ਬਾਅਦ ਮੈਨੂੰ ਯਾਦ ਆਉਂਦਾ ਕਿ ਇਹੀ ਸੁਮੇਧ ਸਿੰਘ ਸੈਣੀ ਨੇ ਜਿਹੜੀਆਂ ਹੈਗੀਆਂ ਨੇ ਜੱਜਸ ਦੀਆਂ ਫੋਨ ਕਾਲਸ ਟਰੇਸ ਕਰਨੀਆਂ ਸ਼ੁਰੂ ਕਰਤੀਆਂ। ਇਹ ਵੀ ਹੁਣ ਡਿਸਕਸ਼ਨ ਦਾ ਹਿੱਸਾ ਬਣੇ ਹੋਏ ਨੇ ਕਿਉਂਕਿ ਸਾਡੇ ਜਿਹੜੇ ਵਕੀਲਾਂ ਦੇ ਗਰੁੱਪਸ ਹੈਗੇ ਨੇ ਉਹ 'ਚ ਗੱਲਾਂ ਹੋ ਰਹੀਆਂ ਨੇ। ਐਂਡ ਜੱਜਾਂ ਦੀਆਂ ਪਰਸਨਲ ਫੋਨਸ ਟੈਪ ਕਰਕੇ ਰਿਕਾਰਡਿੰਗ ਕੀਤੀ ਗਈ। ਸੋ ਉਹ ਵੀ ਇੱਕ ਡਰ ਦਾ ਮਾਹੌਲ ਪੈਦਾ ਕਰਨ ਵਾਲੀ ਗੱਲ ਸੀਗੀ। ਸੋ ਇਹ ਕੰਮ ਕਰਨ ਦੀ ਜਿਹੜਾ ਹੈਗਾ ਮੈਂ ਨਹੀਂ ਇਸ ਨਤੀਜੇ 'ਤੇ ਪਹੁੰਚਦਾ ਵੀ ਸ਼ਾਇਦ ਜੱਜ ਸਾਹਿਬ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਡਰਾਉਣ ਦੀ ਕੋਸ਼ਿਸ਼ ਕੀਤੀ ਗਈ, ਉਹ ਤਾਂ ਇਨਕੁਆਇਰੀ ਦੱਸੇਗੀ। ਪਰ ਪੰਜਾਬ ਪੁਲਿਸ ਦੇ ਕੁਛ ਅਫਸਰ ਜਿਹੜੇ ਆਪਣੇ ਆਪ ਨੂੰ ਲਾਅ ਇਨ ਦੈਮਸੈਲ ਸਮਝਦੇ ਨੇ, ਦੇ ਕੈਨ ਡੂ ਸੱਚ ਥਿੰਗਸ, ਬਟ ਇਹ ਇਨਕੁਆਇਰੀ ਦਾ ਵਿਸ਼ਾ। ਐਂਡ ਆਸ ਹੈ ਕਿ ਇਹੋ ਜਿਹੀ ਗੱਲ ਸੱਚੀ ਨਹੀਂ ਹੋਏਗੀ ਅਤੇ ਇੱਕ ਸਟ੍ਰੇ ਇੰਸੀਡੈਂਟ ਹੋਏਗਾ, ਕਿਉਂਕਿ ਪੁਲਿਸ ਸਾਰੀ ਮਾੜੀ ਨਹੀਂ ਹੁੰਦੀ ਅਤੇ ਜਿਹੜਾ ਹੈਗਾ ਰੂਲ ਆਫ ਲਾਅ ਨੂੰ ਮੇਨਟੇਨ ਕਰਨ ਲਈ ਪੁਲਿਸ ਦੀ ਵੀ ਲੋੜ ਹੈ ਅਤੇ ਇੱਕ ਐਸੀ ਜੁਡੀਸ਼ਰੀ ਦੀ ਵੀ ਲੋੜ ਹੈ ਜਿਹੜੇ ਤਕੜੇ ਹੋ ਕੇ ਫੈਸਲੇ ਕਰੇ, ਨਿਡਰ ਹੋ ਕੇ ਅਤੇ ਬਿਨਾਂ ਕਿਸੇ ਦੀ ਫੇਵਰ ਕੀਤੇ। ਸੋ ਦੇਖਦੇ ਹਾਂ ਹੁਣ ਇਨਕੁਆਇਰੀ ਰਿਪੋਰਟ 'ਚ ਕੀ ਆਉਂਦਾ। ਬਹੁਤ ਬਹੁਤ ਸ਼ੁਕਰੀਆ ਸਰ, ਤੁਸੀਂ ਬੜੇ ਆਪਣੇ ਕੀਮਤੀ ਸਮੇਂ 'ਚੋਂ ਇਸ ਬੜੇ ਅਹਿਮ ਕਰੂਸ਼ੀਅਲ ਮੁੱਦੇ ਦੇ ਉੱਤੇ ਤੁਸੀਂ ਗੱਲ ਕੀਤੀ। ਬਹੁਤ ਬਹੁਤ ਥੈਂਕ ਯੂ, ਸ਼ੁਕਰੀਆ, ਥੈਂਕ ਯੂ, ਵੈਲਕਮ ਜੀ।